तेन मैं दसू छूरा कड्या जरा पिछे चल पिछे हो जा तीन लुटेरियां दे उत्ते एक इकला नौजवान भारी पिया। दस दिए कि एक सीसीटीवी तस्वीर सामने आई है जिस दे विच कहा जा रहा है कि रात दे समय जदों एक नौजवान अपने घर दे बाहर खड़ा होके फोन दे उत्ते गल कर रहा सी ता अचानक पहला दो शख्स उहदे कोल आउंदे ने ते उस तों बाद दे विच उसनू चाकू दिखाया जाता है ते चाकू दे दम दे उत्ते कहा जा रहा है कि लुट दी वारदात नू अंजाम देना चाहुंदे ने। पर जो नौजवान सी ओ दलेर सी उसने बहादुरी दे नाल इना दा सामना किया। पहला तां एक लुटेरे नू पकड़ के जमीन दे उत्ते लम्मा पाया ते दूसरे नू भी धक्का मार के उसने साइड दे विच गेर दिता ते नाल ही पिया एक डंडा भी उसने चक के दोहां लुटेरियां नू भजाउण दी कोशिश कीती। पर इन्ने दे विच कहा जा रहा है कि एक होर शख्स उत्थे पहुंचता है जो कि लुटेरा दसिया जा रहा इन्हां दे नाल आया सी। तां दस दिए कि तीन दे उत्ते इकला नौजवान ये भारी पिया ते तस्वीरां सामने आईयां ने पटियाला तो जिथे कि एक नौजवान जदों अपने घर दे बाहर खड़ा सी तां उस तों बाद उस कोल पहला दो शख्स आउंदे ने उस तों बाद उसनू चाकू दिखाया जांदा है पर उह नौजवान चाकू तों नहीं डरदा ਅਤੇ ਉਹਨਾਂ ਦੇ ਉੱਤੇ ਹੀ ਭਾਰੀ ਪੈ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੀ ਕਾਰ ਦੇ ਵਿੱਚੋਂ ਦੀ ਵੀ ਇੱਕ ਡੰਡਾ ਜੋ ਹੈ ਉਹ ਕੱਢ ਕੇ ਲਿਆਉਂਦਾ ਅਤੇ ਉਹਨਾਂ ਨੂੰ ਖਦੇੜ ਕੇ ਰੱਖ ਦਿੰਦਾ। ਤਾਂ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਇਕੱਲਾ ਨੌਜਵਾਨ ਤਿੰਨ ਲੁਟੇਰਿਆਂ ਦੇ ਉੱਤੇ ਭਾਰੀ ਪਿਆ। 11-12 ਵਜੇ ਦੀ ਗੱਲ ਹੈ, ਮੇਰਾ ਮੁੰਡਾ ਆ ਰਿਹਾ ਸੀ ਬਾਹਰ ਤੋਂ ਗੱਡੀ ਲੈ ਕੇ, ਉਹਨੇ ਇੱਥੇ ਗੱਡੀ ਖੜਾਈ ਅਤੇ ਪਿੱਛੋਂ ਤਿੰਨ ਬੰਦੇ ਆਏ। ਤਿੰਨ ਬੰਦਿਆਂ ਨੇ ਇਹਦੇ ਕੋਲ ਇੱਕ ਚਾਕੂ ਸੀਗਾ ਅਤੇ ਇੱਕ ਕੋਲ ਇੰਟ ਮਾਰੀ ਉਹਦੇ ਮੁੰਡੇ ਦੇ ਵੀ, ਅਤੇ ਉਹ ਫਿਰ ਮੁੰਡੇ ਨੇ ਇੱਕ ਨੂੰ ਫੜ ਲਿਆ, ਇੱਕ ਨੂੰ ਫੜ ਕੇ ਫਿਰ ਉਹਦਾ ਚੰਗੀਆਂ ਲਾਈਆਂ ਉਹਨੂੰ ਅਤੇ ਉਹ ਮੁੰਡੇ ਭੱਜ ਗਏ ਬਾਅਦ 'ਚ। ਹਾਂਜੀ ਹਾਂਜੀ, ਪਰ ਇਹ ਜੋ ਅਗਰ ਔਰ ਅਸੀਂ ਬਾਹਰ ਨਾ ਆਉਂਦੇ ਤਾਂ ਉਹ ਸਗੋਂ ਚਾਕੂ ਨੇ ਉਹਨਾਂ ਨੇ ਚਾਕੂ ਨਾਲ ਘਾਇਲ ਕਰ ਦੇਣਾ ਸੀ ਅਤੇ ਲੁੱਟ ਖੋ ਜੋ ਜਿਹੜੀ ਉਹ ਕਰ ਰਹੇ ਸੀਗੇ ਉਹ ਵੱਖਰੀ ਕਰਨੀ ਸੀ ਉਹਨਾਂ ਨੇ। ਹਾਂਜੀ ਹਾਂ, ਕੱਲ੍ਹ ਅਰਬਨ ਸਟੇਟ 'ਚ ਥਾਣੇ 'ਚ ਰਾਤ ਹੀ ਅਸੀਂ ਕੰਪਲੇਂਟ ਕਰਾ ਦਿੱਤੀ। ਹਾਂਜੀ ਅਸੀਂ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਜੀ, ਕਿਉਂਕਿ ਇੱਥੇ ਇਸ ਗਲੀ 'ਚ ਇਸ ਰੋਡ 'ਤੇ ਆਮ ਘਟਨਾ ਹੋ ਗਈ ਹੈ। ਪਰਸੋਂ ਵੀ ਕਈ ਸਾਥੀ ਕਹਿ ਰਹੇ ਕਿ ਹਾਂ ਬਈ ਜੋ ਰਾਤ ਨੂੰ ਆਉਂਦੇ ਹੈ ਉਹਨਾਂ ਨੂੰ ਹਮੇਸ਼ਾ ਹੀ ਲੁੱਟਿਆ ਜਾਂਦਾ, ਕੋਈ ਕਾਰਵਾਈ ਨਹੀਂ ਹੁੰਦੀ, ਪੁਲਿਸ ਕੋਈ ਪ੍ਰਸ਼ਾਸਨ ਕੋਈ ਉਹ ਨਹੀਂ ਕਰਦੀ, ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਲਈ ਸਾਡੀ ਬੇਨਤੀ ਹੈ ਕਿ ਕਾਰਵਾਈ ਕੀਤੀ ਜਾਵੇ, ਇੱਥੇ ਦਹਿਸ਼ਤ ਦਾ ਮਾਹੌਲ ਹੈ, ਕਈ ਵਾਰੀ ਘਟਨਾਵਾਂ ਹੋ ਚੁੱਕੀਆਂ ਹਨ।